एक वीडियो देखने आ रही है जिस जिहड़ा हिंदी फिल्मों का हीरो सनी देओल उस दे वल्लों एक फिल्म की शूटिंग की जा रही है जिहदा दस्या जा रहा है कि उस शूटिंग दे विच गुरुद्वारे का वेन्यू आ ते उस गुरुद्वारे विच जिहड़ा हीरो हीरोइन आपसी एक मुद्रा विच दिखाई दे रहे हैं जिहड़ी कि जिहड़े सिंह गतका कर रहे ने उन्हां ते भी इस गल का इतराज आ। असीं इह चाहवांगे कि इह जिहड़ियां तस्वीरां आ रही ने ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਤੋਂ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕਿ ਇੱਕ ਵੀਡੀਓ ਦੇਖਣ ਵਿੱਚ ਆ ਰਹੀ ਆ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਆ ਜਿਹਦਾ ਦੱਸਿਆ ਜਾ ਰਿਹਾ ਕਿ ਇਹ ਗਦਰ 2 ਦੀ ਸ਼ੂਟਿੰਗ ਆ ਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ ਜਿਹੜੀ ਕਿ ਇਤਰਾਜ਼ਯੋਗ ਆ ਗੁਰਦੁਆਰੇ ਦੇ ਅੰਦਰ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਤੇ ਉਸ ਦੇ ਨਾਲ ਦੀ ਨਾਲ ਜਿਹੜੇ ਕਿਨਾ ਗਤਕਾ ਵਾਲੇ ਜਿਹੜੇ ਸਿੰਘ ਆ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗਤਕਾ ਕਰ ਰਹੇ ਆ। ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ ਜਿਸ ਤਰ੍ਹਾਂ ਦੀ ਉਹ ਗੱਲ ਕੀਤੀ। ਠੀਕ ਆ ਗੁਰਦੁਆਰਾ ਸਾਹਿਬ ਨੂੰ ਸਨਮਾਨ ਤੇ ਸਤਿਕਾਰ ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਆ ਪਰ ਇਸ ਗੱਲ ਤੇ ਗੁਰਦੁਆਰਿਆਂ ਤੋਂ ਵੀ ਇਤਰਾਜ਼ ਆ ਤੇ ਜਿਹੜੇ ਸਿੰਘ ਗਤਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਤੋਂ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ। ਇੱਕ ਵੀਡੀਓ ਦੇਖਣ ਵਿੱਚ ਆ ਰਹੀ ਆ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਆ ਜਿਹਦਾ ਦੱਸਿਆ ਜਾ ਰਿਹਾ ਕਿ ਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ ਜਿਹੜੀ ਕਿ ਤੇ ਜਿਹੜੇ ਸਿੰਘ ਗਤਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਤੋਂ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕਿ ਇੱਕ ਵੀਡੀਓ ਦੇਖਣ ਵਿੱਚ ਆ ਰਹੀ ਆ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਆ ਜਿਹਦਾ ਦੱਸਿਆ ਜਾ ਰਿਹਾ ਕਿ ਇਹ ਗਦਰ 2 ਦੀ ਸ਼ੂਟਿੰਗ ਆ ਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ ਜਿਹੜੀ ਕਿ ਇਤਰਾਜ਼ਯੋਗ ਆ ਗੁਰਦੁਆਰੇ ਦੇ ਅੰਦਰ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਤੇ ਉਸ ਦੇ ਨਾਲ ਦੀ ਨਾਲ ਜਿਹੜੇ ਕਿਨਾ ਗਤਕਾ ਵਾਲੇ ਜਿਹੜੇ ਸਿੰਘ ਆ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗਤਕਾ ਕਰ ਰਹੇ ਆ। ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ ਜਿਸ ਤਰ੍ਹਾਂ ਦੀ ਉਹ ਗੱਲ ਕੀਤੀ। ਠੀਕ ਆ ਗੁਰਦੁਆਰਾ ਸਾਹਿਬ ਨੂੰ ਸਨਮਾਨ ਤੇ ਸਤਿਕਾਰ ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਆ ਪਰ ਇਸ ਗੱਲ ਤੇ ਗੁਰਦੁਆਰਿਆਂ ਤੋਂ ਵੀ ਇਤਰਾਜ਼ ਆ ਤੇ ਜਿਹੜੇ ਸਿੰਘ ਗਤਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਤੋਂ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ।